ਬਾਜੀ ਘੱਟੋ ਘੱਟ ਸਾਨੂੰ ਮਹੀਨਾ ਹੋ ਗਿਆ ਜੀ ਇੱਕ ਇਹ ਗੰਦੇ ਪਾਣੀ ਦੇ ਵਿੱਚ ਸਾਨੂੰ ਬੈਠੇ ਸਾਨੂੰ ਇਹ ਗੰਦਾ ਪਾਣੀ ਗੰਦਾ ਨਾਲਾ ਹੀ ਬਣ ਗਿਆ ਨਾਲਾ ਹੀ ਬਣ ਗਿਆ ਜੀ ਛੱਪੜ ਬਣ ਗਿਆ ਇੱਕ ਤਰ੍ਹਾਂ ਦਾ ਪਿੱਛੇ ਹੁਣ ਸਾਰਾ ਜਿਹੜਾ ਸੀਵਰੇਜ ਇੱਧਰੋਂ ਬੰਦ ਹੋ ਗਿਆ ਬਲੌਕ ਹੋ ਗਿਆ ਆ ਸਾਡੇ ਬੰਦੇ ਅੱਜ ਵੀ ਕਈਆਂ ਨੂੰ ਫੋਨ ਕੀਤਾ ਜਾਣੀ ਕਿ 15 ਦਿਨ ਤਾਂ ਸਾਨੂੰ ਇਦਾਂ ਦੇ ਹੋ ਗਏ ਆ ਵੀ ਹਰ ਰੋਜ਼ ਕਿਸੇ ਨਾ ਕਿਸੇ ਨੂੰ ਫੋਨ ਕਰੀਦਾ ਆ ਪਾਣੀ ਪੀਣ ਆਉਂਦਾ ਆ ਪਾਣੀ ਪੀਣ ਵਾਟਰ ਕੂਲਰ ਵੀ ਉੱਥੇ ਹਾਂਜੀ ਉਹ ਦੇਖ ਕੇ ਉੱਠ ਜਾਂਦਾ ਵੀ ਇਹ ਪਾਣੀ ਜਿੱਥੇ ਗੰਦਾ ਖੜਾ ਆ ਇਹਦੇ ਵਿੱਚ ਕੋਈ ਪੈਪ ਵੀ ਲੀਕ ਹੋਣਾ ਆ ਜੀ ਠੀਕ ਆ ਨਾ ਉਹਦੇ ਕਰਕੇ ਪਾਣੀ ਪੀਣੋਂ ਵੀ ਬੰਦ ਵਾ ਲੇਕਿਨ ਮੱਛਰ ਹੁਣ ਦੇਖੋ ਇੱਥੇ ਕਿੰਨਾ ਮੱਛਰ ਆ ਹੁਣ ਹਰ ਕੋਈ ਬੋਤਲਾਂ ਤਾਂ ਖਰੀਦ ਨਹੀਂ ਸਕਦਾ ਬਿਲਕੁਲ ਜੀ ਜਦੋਂ ਘਰਾਂ ਦੇ ਵਿੱਚ ਕੋਈ ਟਾਇਰ ਪਿਆ ਹੋਵੇ ਜਾਂ ਕੋਈ ਟੂਬ ਪਈ ਹੋਵੇ ਕਹਿੰਦੇ ਵਿੱਚ ਪਾਣੀ ਭਰਿਆ ਰਾਸ਼ਨ ਵੀ ਉੱਥੇ ਚੱਲ ਜਾਂਦਾ ਆ ਵੀ ਚਲੋ ਜਾ ਕੇ ਇਹਨਾਂ ਦੇ ਜੀ ਕੋਈ ਚਲਾਨ ਕੱਟ ਦਿਓ ਹੁਣ ਇੱਥੇ ਗੱਲ ਨਹੀਂ ਦੇਖਣ ਆਉਂਦੇ ਕੁਝ ਟੈਂਕਰ ਦਾ 2000 ਰੁਪਇਆ ਜੀ ਇਹ ਸਾਫ਼ ਕਰਨ ਦਾ ਕਿਸਮਤ ਖਰੀ ਸੱਟ ਤੇ ਕੁਛ ਹੋਇਆ ਨੀ ਜੀ ਇੱਥੇ ਬੜੇ ਬੜੇ ਜੋ ਪੋਲੀਟੀਕਲ ਪਾਰਟੀਆਂ ਨੂੰ ਜਿਤਾਉਂਦੇ ਨੇ ਪੋਲੀਟੀਕਲ ਪਾਰਟੀਆਂ ਨੂੰ ਲਾਉਂਦੇ ਨੇ ਜਾਗ ਦੋਸਤੋ ਪਰ ਇਹ ਕਹਿੰਦੇ ਸਾਡੀ ਵਾਰੀ ਇੱਥੇ ਕੋਈ ਨਹੀਂ ਬੌੜਿਆ ਔਰ ਡਰ ਇਹੀ ਹੈ ਕਿ ਜ਼ਹਿਰੀਲਾ ਮੱਛਰ ਕਿਤੇ ਭਜਾ ਨਾ ਦੇਵੇ ਘਰਾਂ ਦੇ ਚਿਰਾਗ ਦੋਸਤੋ ਜ਼ਹਿਰੀਲਾ ਮੱਛਰ ਕਿਤੇ ਭਜਾ ਨਾ ਦੇਵੇ ਘਰਾਂ ਦੇ ਚਿਰਾਗ ਦੋਸਤੋ ਸਤਿ ਸ਼੍ਰੀ ਅਕਾਲ ਬੀਬੀਵਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸਣਾ ਉਹਨਾਂ ਦੇ ਵੀਡੀਓ ਕਿਸ ਬਾਬਤ ਹੋਣੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੱਸ ਅੱਡੇ ਦੇ ਨਜ਼ਦੀਕ ਮੌਜੂਦ ਖੜ੍ਹੇ ਹਾਂ ਟੈਕਸੀ ਸਟੈਂਡ ਹੈ ਜੀ ਕਹਿਣ ਨੂੰ ਸ਼ਹਿਰ ਦਾ ਮੂੰਹ ਮੱਥਾ ਇੱਥੋਂ ਸ਼ੁਰੂਆਤ ਹੁੰਦੀ ਹੈ ਔਰ ਮੂੰਹ ਮੱਥੇ 'ਤੇ ਹਾਲਾਤ ਦੇਖ ਲਓ ਕਿਹੋ ਜਿਹੇ ਨੇ ਕਿੰਨੇ ਵਿਗੜੇ ਹੋਏ ਆ ਔਰ ਪਿਛਲੇ 10 ਦਿਨਾਂ ਤੋਂ ਕਹਿੰਦੇ ਇਹੀ ਹਾਲਾਤ ਨੇ ਇੱਥੇ ਜ਼ਹਿਰੀਲਾ ਮੱਛਰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਕਹਿੰਦੇ ਮਹੀਨੇ ਤੋਂ ਇਹੀ ਹਾਲਾਤ ਨੇ 10 ਦਿਨ ਤੋਂ ਵੱਧ ਨਾਲੋਂ ਵੀ ਬੱਤਰ ਹੋ ਗਏ ਆ ਔਰ ਜ਼ਹਿਰੀਲਾ ਮੱਛਰ ਹੈ ਆਉਂਦੇ ਜਾਂਦੇ ਰਾਹੀਆਂ ਨੂੰ ਤੰਗ ਕਰਦਾ ਟੈਕਸੀ ਸਟੈਂਡ ਵਾਲਿਆਂ ਦਾ ਤਾਂ ਬਾਹਲਾ ਹੀ ਬੁਰਾ ਹਾਲ ਹੈ ਬੌਂਕੇ ਦਿਹਾੜੇ ਔਰ ਤੁਸੀਂ ਇੱਧਰ ਦੇਖੋ ਇਹਨਾਂ ਵੱਲੋਂ ਆਪ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾੜੇ ਸਾਈਡ ਦੇ ਦਿਓ ਜੀ ਆਪ ਟੋਇਆ ਪੁੱਟ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕਹਿੰਦੇ ਅਸੀਂ ਇਕੱਲੇ ਲੀਡਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਨਹੀਂ ਬੌੜਿਆ ਹੁਣ ਲੋਕ ਸਭਾ ਇਲੈਕਸ਼ਨਸ ਤੁਹਾਨੂੰ ਪਤਾ ਆਉਣ ਵਾਲੇ ਆ ਜਦ ਵੋਟਾਂ ਲੈਣ ਸਾਰੇ ਆਉਣਗੇ ਫਿਰ ਕਹਿੰਦੇ ਸਵਾਲ ਕਰਾਂਗੇ ਕਿਉਂਕਿ ਭਾਅ ਜੀ ਸਮਝਾ ਦਿਉ ਕਿੰਨੀ ਕੁ ਤਕਲੀਫ 'ਚੋਂ ਹਾਲਾਂਕਿ ਨਜ਼ਰ ਆ ਰਹੀ ਹੈ ਕਿੰਨੀ ਕੁ ਤਕਲੀਫ 'ਚੋਂ ਔਰ ਕਿਹਦੇ ਕਿਹਦੇ ਤੱਕ ਪਹੁੰਚ ਕਰ ਚੁੱਕੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬੀਬੀ ਬੱਤੀ ਵਾਲੇ ਸਾਰੇ ਭਰਾਵਾਂ ਨੂੰ ਜੀ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜੋ ਪਹੁੰਚੇ ਆ ਜੀ ਜੀ ਭਾਅ ਜੀ ਘੱਟੋ ਘੱਟ ਸਾਨੂੰ ਮਹੀਨਾ ਹੋ ਗਿਆ ਜੀ ਇੱਕ ਇਹ ਗੰਦੇ ਪਾਣੀ ਦੇ ਵਿੱਚ ਸਾਨੂੰ ਬੈਠੇ ਸਾਨੂੰ ਇਹ ਗੰਦਾ ਪਾਣੀ ਗੰਦਾ ਨਾਲਾ ਹੀ ਬਣ ਗਿਆ ਨਾਲਾ ਹੀ ਬਣ ਗਿਆ ਜੀ ਛੱਪੜ ਬਣ ਗਿਆ ਇੱਕ ਤਰ੍ਹਾਂ ਦਾ ਪਿੱਛੇ ਹੁਣ ਸਾਰਾ ਜਿਹੜਾ ਸੀਵਰੇਜ ਇੱਧਰੋਂ ਬੰਦ ਹੋ ਗਿਆ ਬਲੌਕ ਹੋ ਗਿਆ ਆ ਸਾਡੇ ਬੰਦੇ ਅੱਜ ਵੀ ਕਈਆਂ ਨੂੰ ਫੋਨ ਕੀਤਾ ਜਾਣੀ ਕਿ 15 ਦਿਨ ਤਾਂ ਸਾਨੂੰ ਇਦਾਂ ਦੇ ਹੋ ਗਏ ਆ ਵੀ ਹਰ ਰੋਜ਼ ਕਿਸੇ ਨਾ ਕਿਸੇ ਨੂੰ ਫੋਨ ਕਰੀਦਾ ਆ ਲੀਡਰ ਨੂੰ ਹਾਂਜੀ ਸਾਰਿਆਂ ਨੂੰ ਫੋਨ ਕਰਕੇ ਦੇਖੇ ਅੱਜ ਵੀ ਪ੍ਰਸ਼ਾਸਨ ਨੂੰ ਕੀਤਾ ਜਿਹੜਾ ਇੱਥੇ ਸਾਰਿਆਂ ਨੂੰ ਦੱਸਿਆ ਜੀ ਜੀਐਮ ਸਾਹਿਬ ਇਹਨਾਂ ਨੂੰ ਪਤਾ ਜੀ ਸਾਰਿਆਂ ਨੂੰ ਇਹ ਤਾਂ ਆਪ ਇੱਥੇ ਰਹਿਣ ਵਾਲੇ ਇਹਨਾਂ ਨੂੰ ਪਤਾ ਸਾਰੇ ਠੇਕੇਦਾਰਾਂ ਨੂੰ ਵੀ ਆ ਠੇਕੇਦਾਰ ਤਾਂ ਨਾਲ ਘੁੰਮਦੇ ਆ ਸਮਾਂ ਜਿਹੜਾ ਅੱਡਾ ਇੰਚਾਰਜ ਉਹਨਾਂ ਨਾਲ ਗੱਲ ਕੀਤੀ ਸਾਰਿਆਂ ਨੂੰ ਪਤਾ ਆ ਜੀ ਸਾਰਿਆਂ ਨੂੰ ਪਤਾ ਪਾਣੀ ਦਾ ਫਿਰ ਸਾਰਿਆਂ ਨੂੰ ਮੁਸ਼ਕ ਜਾਣਾ ਦਾ ਤਾਂ ਮੂੰਹ ਬੰਦ ਆ
ਇਹ ਕਹਿੰਦੇ ਬਸ ਟੈਕਸੀ ਆਉਣਾ ਕਰਕੇ ਹੀ ਆ ਜੀ ਇੱਥੇ, ਪਰ ਮੁਸ਼ਕ ਇਹਨਾਂ ਨੂੰ ਨਹੀਂ ਆਉਂਦਾ, ਸਾਨੂੰ ਜ਼ਿਆਦਾ ਔਖੀ ਆ ਜੀ। ਮੈਂ ਕਿਹਾ ਸ਼ਾਇਦ ਮੁਸ਼ਕ ਆਉਂਦਾ ਇੱਥੇ ਮੂੰਹ ਬੰਦ ਕਰਕੇ ਨਿਕਲ ਜਾਂਦੇ ਕਿ ਸਾਡੇ ਮੂਹਰੇ ਤਾਂ ਨਹੀਂ ਆਉਂਦਾ। ਇੱਦਾਂ ਹੀ ਆ ਜੀ, ਇਹੀ ਰੱਖ ਲਓ, ਇੱਦਾਂ ਹੀ ਰੱਖ ਦਿਓ। ਇੱਧਰ ਸਵਾਰੀਆਂ ਆਉਂਦੀਆਂ ਇੱਧਰਲੇ ਪਾਸੇ, ਇੱਧਰ ਨੂੰ ਕੋਈ ਲੰਘਦਾ ਹੀ ਨਹੀਂ ਗਾ ਜੀ, ਦੇਖ ਕੇ ਪਿੱਛੇ ਖੜ ਜਾਂਦੇ ਆ, ਮੁੜ ਜਾਂਦੇ ਆ ਦੇਖ ਕੇ। ਲੇਕਿਨ ਤੁਸੀਂ ਦੇਖੋ ਕੋਈ ਪਾਣੀ ਪੀਣ ਆਉਂਦਾ ਆ, ਪਾਣੀ ਪੀਣ ਵਾਟਰ ਕੂਲਰ ਵੀ ਉੱਥੇ, ਹਾਂਜੀ ਉਹ ਦੇਖ ਕੇ ਉੱਠ ਜਾਂਦਾ ਵੀ ਇਹ ਪਾਣੀ ਜਾਂ ਇੱਥੇ ਗੰਦਾ ਖੜਾ ਆ, ਇਹਦੇ ਵਿੱਚ ਕੋਈ ਪੈਪ ਵੀ ਲੀਕ ਹੋਣਾ ਆ ਜੀ, ਠੀਕ ਆ ਨਾ, ਉਹਦੇ ਕਰਕੇ ਪਾਣੀ ਪੀਣੋ ਵੀ ਬੰਦ ਵਾ। ਲੇਕਿਨ ਮੱਛਰ ਹੁਣ ਦੇਖੋ ਇੱਥੇ ਕਿੰਨਾ ਮੱਛਰ ਆ, ਹੁਣ ਹਰ ਕੋਈ ਬੋਤਲਾਂ ਤਾਂ ਖਰੀਦ ਨਹੀਂ ਸਕਦਾ। ਬਿਲਕੁਲ ਜੀ, ਜਦੋਂ ਘਰਾਂ ਦੇ ਵਿੱਚ ਕੋਈ ਟਾਇਰ ਪਿਆ ਹੋਵੇ ਜਾਂ ਕੋਈ ਟੂਬ ਪਈ ਹੋਵੇ, ਕਹਿੰਦੇ ਵਿੱਚ ਪਾਣੀ ਭਰਿਆ, ਰਾਸ਼ਨ ਵੀ ਉੱਥੇ ਚੱਲ ਜਾਂਦਾ ਆ ਵੀ ਚਲੋ ਜਾ ਕੇ ਇਹਨਾਂ ਦੇ ਜੀ ਕੋਈ ਚਲਾਨ ਕੱਟ ਦਿਓ। ਹੁਣ ਇੱਥੇ ਗੱਲ ਨਹੀਂ ਦੇਖਣਾ ਦੇਖੋ ਜੀ, ਇੱਥੇ ਗੱਲ ਨਹੀਂ ਚਲਾਨ ਕੱਟਣ ਆਉਂਦੇ, ਇੱਥੇ ਗੱਲ ਹੀ ਨਹੀਂ ਆਉਂਦੇ, ਇਹ ਸਰਕਾਰੀ ਅੱਡਾ ਕਰਕੇ ਤਾਂ ਕਰਕੇ ਨਹੀਂ ਆਉਂਦੇ। ਅੱਛਾ ਹੁਣ ਤਾਂ ਵੋਟਾਂ ਦਾ ਸੀਜ਼ਨ ਹੈ, ਹੁਣ ਵੀ ਨਹੀਂ ਕੋਈ ਆਇਆ? ਹੁਣ ਵੀ ਕੋਈ ਵੀ ਨਹੀਂ, ਕਿਸੇ ਨੇ ਸਾਡੀ ਸਾਰੇ ਨਹੀਂ ਲਈ ਜੀ, ਬਾਕੀ ਆ ਸਾਡੇ ਭਰਾ ਖੜੇ ਆ। ਪਿਛਲੇ ਸਾਲ ਜਦ ਹੜਾਂ ਦਾ ਪਾਣੀ ਆਇਆ ਸੀ ਤਾਂ ਲੀਡਰ ਨੇ ਬਹੁਤ ਕੁੜਤੇ ਲਪੇੜੇ, ਮੈਨੂੰ ਲੱਗਿਆ ਲੋਕ ਸਭਾ ਇਲੈਕਸ਼ਨ ਸ਼ਾਇਦ ਇੱਥੇ ਵੀ ਹੋਣ। ਨਹੀਂ ਨਹੀਂ ਨਹੀਂ, ਇਹ ਤਾਂ ਦੇਖ ਦਿਖਾਈਏ ਨੇ ਕੁੜਤੇ ਲਿਬੜ ਜਾਂਦੇ ਜੀ, ਉੱਦਾਂ ਤਾਂ ਸਾਫ਼ ਹੀ ਰੱਖਦੇ ਆ ਸਾਰੇ ਜਿਹੜੇ। ਹਾਂਜੀ, ਬਾਕੀ ਸਾਡੇ ਭਰਾ ਖੜੇ ਆ, ਇਹਨਾਂ ਨੂੰ ਪੁੱਛ ਲਓ ਕਿੰਨਾ ਜਾਣੀ ਕਿ ਨਹੀਂ ਆਹ ਆਪਣੇ ਕੋਲੋਂ ਕਰਾ ਰਹੇ ਆ, ਆਪ ਉਦਮ ਕਰ ਰਹੇ ਸੀਗੇ। ਹਾਂਜੀ, ਆਪ ਲੱਗੇ ਹੋ ਇਹਨਾਂ ਦੇ ਹੱਥਾਂ 'ਚ, ਦੇਖੋ ਜਰਾ ਠੇਕੇਦਾਰ ਦੇ ਨੇ ਜੀ, ਠੇਕੇਦਾਰ ਨਾਲ ਸਾਡੇ ਜੀ। ਹਾਂ ਠੀਕ ਹੈ ਠੀਕ ਹੈ, ਦੱਸੋ ਦੱਸੋ ਆਓ ਠੇਕੇਦਾਰ ਸਾਹਿਬ ਆਓ, ਅਤੇ ਕਿੰਨੇ ਦਿਨਾਂ ਦਾ ਜੀ ਅਸੀਂ ਉਪਰਾਲਾ ਕਰਦੇ ਪਏ ਹਾਂ ਜੀ, ਅੱਜ ਪਰਮ ਸਾਹਿਬ ਉਹਨਾਂ ਨੂੰ ਵੀ ਫੋਨ ਕੀਤਾ ਜੀ, ਉਹਨਾਂ ਨੇ ਵੀ ਕੋਈ ਨਹੀਂ ਸੁਣਿਆ, ਬੱਲੂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਕੋਈ ਸੁਣਿਆ ਜੀ, ਅਤੇ ਜਿਹੜੇ ਇੱਥੇ ਦੇ ਇੰਚਾਰਜ ਵਾ ਉਹ GM ਕੋਲ ਚਿੱਠੀ ਲਿਖਤੀ ਰੂਪ 'ਚ ਦੇ ਆਏ ਆ, ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਜੀ। ਮਲੇਰੀਆ ਫੈਲਦਾ ਗੱਲ, ਤੁਹਾਨੂੰ ਜਿਹੜੀ ਆ ਕੇ ਸਵਾਰੀ ਬਹਿਣੀ ਆ, ਤੁਹਾਡੇ ਤੋਂ ਕਿਤੇ ਉਹਨਾਂ ਨੂੰ ਨਾ ਹੋ ਜਾਵੇ, ਇਹਦਾ ਮੈਂ ਵਧਣਾ। ਹੁਣ ਵੋਟਾਂ ਲੈਣ ਤਾਂ ਸਾਡੇ ਘਰ 'ਚ ਆਉਣਾ ਇਹਨਾਂ ਨੇ, ਵੋਟਾਂ ਨੂੰ ਹੱਥ ਜੋੜ ਕੇ ਆਉਣਾ, ਸਾਨੂੰ ਵੋਟਾਂ ਦੇਵੋ ਜੇ ਅਸੀਂ ਉਮਰ ਕੇ ਸਾਡੇ ਘਰਦੇ ਨੂੰ ਰੋਟੀ ਖਵਾਉਣ ਦੋਗਾ ਸਰ। ਸਮੈਲ ਕਿੰਨੀ ਜ਼ਿਆਦਾ ਆ ਰਹੀ ਹੈ, ਗੱਦੀ ਆ ਰਹੀ ਹੈ, ਸਾਹ ਬੰਦ ਹੋਏ ਪਏ, ਗੜੇ ਇੰਨੇ ਕੋੜੇ ਹੋ ਗਏ, ਸਾਨੂੰ ਘਰ ਜਾ ਕੇ ਵੀ ਸਮੈਲ ਆ ਰਹੀ ਵੀ ਸਾਨੂੰ ਘਰ ਦੇ ਕੋਈ ਜ਼ਹਿਰ ਦੇ ਰਹੇ ਆ ਜੀ, ਇੰਨੀ ਗੰਦੀ ਮੁਸ਼ਕ ਆ ਰਹੀ ਹੈ ਜੀ। ਫਿਰ ਲੀਡਰ ਤਾਂ ਹੀ ਨਹੀਂ ਨਾ ਹੁੰਦੇ, ਉਹਨਾਂ ਨੂੰ ਸਮੈਲ ਚੰਗੀ, ਉਹਨਾਂ ਨੂੰ ਆਉਂਦੇ ਉਹ ਏਸੀਆਂ 'ਚ ਬੈਠੇ ਆ ਸਰ ਜੀ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ। ਹੁਣ ਦੇਖੋ ਹਰੇਕ ਦੁਨੀਆ ਲੰਘਦੀ ਆ ਜੀ, ਹਰੇਕ ਇੱਥੇ ਕੋਈ ਅਫਸਰ ਲੰਘਦਾ, ਹਰੇਕ ਲੰਘਦਾ, ਸਭ ਨੂੰ ਪਤਾ ਜਿੱਥੇ ਕੀ ਹੋ ਰਿਹਾ ਜੀ। ਆਹ ਵਾਟਰ ਕੂਲਰ ਬੰਦ ਕੀਤਾ, ਕਰੰਟ ਵੱਜਣ ਲੱਗਾ ਜੀ ਵਾਟਰ ਕੂਲਰ 'ਚ ਪਾਣੀ। ਹਾਂਜੀ ਸਰ ਜੀ, ਤੁਸੀਂ ਦੇਖੋ ਬੰਦ ਵੱਜ ਹੈ ਨਾ, ਅਸੀਂ ਕਿੰਨਾ ਕੁਝ ਕਰਦੇ ਜੀ। ਪਿਛਲੇ ਪਾਸੇ ਮੰਦਰ ਹੈ, ਮੁਹੱਲਾ ਵਾਸੀ ਵੀ ਆਉਂਦੇ ਆ, ਸਾਰੇ ਜਾਂਦੇ ਆ, ਤੁਸੀਂ ਦੇਖ ਕੇ ਦੱਸੋ ਸਾਰੇ ਬਲ ਪਾ ਕੇ ਜਾਂਦੇ ਹੁਣ ਬਲ ਵੀ ਕੋਈ ਨਹੀਂ ਜਾਂਦੇ ਉੱਪਰ ਦੀ ਪਿੱਛੇ, ਹੁਣ ਇਸ ਪਾਣੀ ਦੇ ਵਿੱਚੋਂ ਲੰਘ ਕੇ ਕੌਣ ਜਾਊਗਾ ਜੀ? ਠੀਕ ਹੈ ਨਾ ਜੀ। ਦੇਖੋ ਵੱਡੀ ਗੱਲ ਤਾਂ ਇਹ ਆ ਕਿ ਨਾ ਤੁਸੀਂ ਸਹੀ ਇਹਨੂੰ ਕਰਾਉਣਾ ਨਾ ਆਮ ਜਨਤਾ ਨੇ ਕਰਾਉਣਾ, ਫਰਜ਼ ਤਾਂ ਲੀਡਰਾਂ ਦਾ ਆ, GM ਸਾਹਿਬ ਦਾ, ਅੱਡਾ ਇੰਚਾਰਜ ਦਾ, ਨਗਰ ਕੌਂਸਲ ਤੁਸੀਂ ਜਾ ਕੇ ਗੱਲ ਕਰੋ। GM ਸਾਹਿਬ ਤਾਂ ਆਏ ਨੇ ਜੀ, ਉਹ ਦੇਖੋ GM ਸਾਹਿਬ ਨੂੰ ਕਿਹਾ ਜੀ, ਕਿੰਨੇ GM ਬਦਲ ਗਏ, ਉਹ ਲਾਟਾ ਡਿਗਣ ਨੂੰ ਫਿਰਦੀਆਂ ਸਾਡੇ ਸਾਰੇ, ਦੇਖੋ ਜੀ ਖੰਬੇ, ਦੇਖੋ ਡਿਗਣ ਨੂੰ ਫਿਰਦੀਆਂ ਕਿ ਡਿਗੀਆਂ ਹੀ ਹੈ, ਕਿਹੜੇ ਅਜੂਬ ਆਇਆ, ਕਿਹੜੇ ਟੇਢੀ ਆ, ਕਿਹੜੇ ਸਾਡੀ ਕਿਸਮਤ ਖਰੀਆ, ਸਾਡੇ ਤੱਕ ਬੜਾ ਕੁਝ ਹੋਇਆ ਨਹੀਂ ਜੀ, ਇੱਥੇ ਬੜੇ ਬੜੇ ਨੂੰ ਦੇਖੋ ਕੀ ਹਾਲ ਹੈ, ਜਾਤਾ ਹੀ ਇਹ ਜਾਤੇ ਖਰਚ ਜੋ ਨਹੀਂ ਸੜਕੀ ਜਾਂਦੀ, ਕਰੰਟ ਵੀ ਆ ਰਿਹਾ, ਇੱਧਰੋਂ ਰਾਊਂਡ ਮਾਰੋ ਉਧਰ ਅੱਗੇ ਸੀਵਰੇਜ ਹੈ, ਕਿਸੇ ਤੇ ਵੀ ਟੱਕਰ ਨਹੀਂ ਆ।
ਮਹੱਲਾ ਨਿਵਾਸੀ ਇੰਨੇ ਪਰੇਸ਼ਾਨ ਆ, ਬਜ਼ੁਰਗ ਵੀ ਆ, ਬਿਮਾਰ ਵੀ, ਪਰ ਆ ਆ ਦੇਖੋ ਤਾਂ ਜਿਹੜਾ ਲਾਈਟ ਆ ਕਿਦਾਂ ਅਜੂਬਾ ਖੜਾ ਕੀਤਾ, ਬਿਲਕੁਲ ਜੀ ਇਹਦਾ ਖਤਰਾ ਹੀ ਹੈ। ਟਿਚਰਾ ਕਰਦੇ ਜਾਂਦੇ, ਹੱਸਦੇ ਜਾਂਦੇ, ਦੇਖੋ ਕਿੰਨਾ ਸੋਹਣਾ, ਸਾਨੂੰ ਕਹਿੰਦੇ ਜੀ ਮੱਛੀ ਖਾਨਾ ਬਣ ਗਿਆ ਜੀ, ਏਦਾਂ ਸਾਡੇ ਨਾਲ ਟਿਚਰਾ ਕਰਦੇ ਆ ਜੀ। ਤੁਸੀਂ ਦੁਆ ਦੇਣੀ ਸੀ ਤੁਹਾਡੇ ਘਰ ਦੇ ਬਾਹਰ ਮੱਛੀ ਖਾਨਾ, ਰੱਬਾ ਜਿੱਦਾਂ ਸਾਡੇ ਮੱਛੀ ਖਾਨਾ ਬਣ ਗਿਆ, ਜਿਹੜੇ ਲੀਡਰ ਇਹਨਾਂ ਦੇ ਘਰ ਵੀ ਨਹੀਂ। ਆ ਦੇਖੋ ਟੂੰ ਟੂੰ ਕਰਦੀ ਗੱਡੀ ਜਾਂਦੀ ਆ, ਜਾਂਦੇ ਟੂੰ ਟੂੰ ਕਰਦੇ ਜਾਂਦੇ ਆ ਜੀ, ਹਰੇ ਜੀ ਬੱਬੂ ਮਾਨ ਦਾ ਗਾਣਾ ਯਾਦ ਆ ਗਿਆ ਮੈਨੂੰ, ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਆ ਡੰਡੇ, ਗਾਣਾ ਬੜੀਆਂ ਬੜੀਆਂ ਵਾਅਦੇ ਕਰਦੀ, ਅਸੀਂ ਹਰੇਕ ਦੀ ਜਾਨ ਦੀ ਰੱਖਿਆ ਕਰਾਂਗੇ, ਕਿੱਥੇ ਹੋ ਰਹੀ ਆ ਜੀ, ਆ ਸਾਡੇ ਸਭ ਨੂੰ ਮਾਰਨ ਲੱਗੇ ਹੋ ਜੀ। ਮੈਨੂੰ ਤਾਂ ਐ ਲੱਗਾ ਕਿ ਜਦੋਂ ਗੱਡੀ ਆਉਂਦੀ ਕਹਿੰਦੇ ਕੱਢ ਦੇ ਬਸ ਫਟਾਫਟ। ਹਾਂਜੀ ਬਸ ਬਸ ਹਾਂਜੀ, ਆ ਟੋਆ ਫਟੇ ਨੂੰ ਮਹੀਨਾ ਹੋ ਚੱਲਿਆ ਤੇ 20 ਗੱਡੀਆਂ ਫੁੱਟ ਗਈਆਂ ਜੀ, 20 ਗੱਡੀਆਂ ਜੀ ਡਿੱਗ ਡਿੱਗ ਕੇ ਜੀ, ਟੋਆ ਫਟੇ ਨੂੰ ਜੀ। ਇਹ ਹੁਣ ਟੋਆ ਪੱਟਿਆ ਕਿਨੇ ਆ? ਪੱਟੇ ਅਸੀਂ ਪੱਟੇ ਹੀ ਆਪ ਕਈਆਂ ਨੇ ਪੱਟਿਆ ਜੀ, ਵੀ ਇਹ ਚੱਲ ਪਾਣੀ ਦੇ ਕਢਾਈਆ ਸਾਰਾ ਜੀ, ਤਾਂ ਬਹੁਤ ਤੰਗ ਹੋਏ ਪਏ ਆ ਸਾਨੂੰ। ਪਿਛਲਾ ਜਿਹੜਾ ਮਹੱਲਾ ਹੈ ਉਧਰ ਹੀ ਬਲੌਕ, ਉਹ ਵੀ ਹਾਂ ਸਭ ਸਾਰੇ ਦੁਖੀ ਆ ਜੀ, ਕੱਲੇ ਅਸੀਂ ਥੋੜੋਂ ਸਾਰੇ ਦੁਖੀ ਆ ਜੀ, ਬਹੁਤ ਦੁਖੀ ਆ, ਲੋਕੀ ਹੋਏ ਪਏ ਆ। ਤੁਸੀਂ ਕੀ ਕਹਿਣਾ ਚਾਹੋਗੇ? ਬਸ ਅਸੀਂ ਕੀ ਕਹਿਣਾ ਜੀ, ਇਹੀ ਕਹਿੰਦੇ ਆ ਵੀ ਸਾਫ਼ ਸਫਾਈ ਕਰਾਈ ਜਾਵੇ, ਕਿੰਨੇ ਦਿਨਾਂ ਤੋਂ ਅਸੀਂ ਤੰਗ ਬੈਠੇ ਹਾਂ, ਕਈ ਬੰਦੇ ਸਾਡੇ ਬਿਮਾਰ ਵੀ ਹੋ ਗਏ, ਅਬੇ ਇਲਾਜ ਤੇ ਪੈਸੇ ਲੱਗਦੇ ਆ, ਸਫਾਈ ਤੇ ਪੈਸੇ ਲੱਗਦੇ ਆ, ਕਿਹੜਾ ਲੱਗੇ ਨੇ, ਕਿੰਨੇ ਕਿੰਨੇ ਦਿਨ ਹੋ ਚੱਲੇ, ਔਖੇ ਬਹੁਤ ਹੋਏ ਨੇ, ਡਰ ਹੈ ਜੀ। ਕੋਈ ਨਹੀਂ ਚੀਜ਼ ਆ, ਕੋਈ ਚੀਜ਼ ਆ, ਸਵੇਰੇ ਅੱਜੇ ਇੱਕ ਬੰਦਾ ਟੀਚਰ ਕਰਕੇ ਗਿਆ ਕਿ ਇਹ ਤੁਸੀਂ ਟੈਕਸੀ ਸਟੈਂਡ ਵਾਲਿਆਂ ਨੇ ਸਵੀਮਿੰਗ ਪੂਲ ਬਣਾਇਆ ਆ, ਮਾੜੀ ਗੱਲ। ਤੁਸੀਂ ਦੱਸੋ ਇੱਥੇ ਸਾਡਾ ਬੈਠਣਾ ਵੀ ਅਗਾਹ ਹੋਇਆ ਹੈ ਜੀ। ਦੇਖੋ ਭੰਡ ਪੋਣਾ ਹਰ ਜਗ੍ਹਾ ਨਹੀਂ ਚਾਹੀਦਾ, ਬਿਲਕੁਲ ਹੁਣੇ ਪਤਾ ਲੱਗਿਆ ਸਪਰੇ ਕਰਾਈ ਆ ਹੁਣੇ ਮੱਛਰਾਂ ਤੋਂ, ਸਾਡੇ ਭਾਜੀ ਹੁਣੇ ਜਿੱਦਾਂ ਕਿਹਾ ਵੀ ਚੱਲ ਮੱਛਰ ਬਹੁਤ ਆ, ਉਹਨੇ ਆਪ ਸਾਨੂੰ ਉਹ ਦਿੱਤਾ ਉਹਦਾ, ਤੇ ਅੱਜ ਇਹਨਾਂ ਟੈਂਕ ਟੁੰਗਰ ਸਾਰਾ ਖਰਚਾ ਤੁਹਾਡਾ, ਇਹ ਪੈਸਾ ਇਹ ਠੇਕੇਦਾਰ ਕਰਵਾ ਰਿਹਾ ਹੈ, ਅਸੀਂ ਉਹਨੇ ਠੇਕੇਦਾਰ ਦੀ ਮਿਹਨਤ ਕੀਤੀ ਆ ਕਿ ਨਾਲ ਲੱਗ ਕੇ ਕਰਵਾ ਰਹੇ, ਚਲੋ ਠੇਕੇਦਾਰ ਦਾ ਧੰਨਵਾਦ। ਚੰਗਾ ਜੀ ਕੱਲ ਪਤਾ ਜੀ ਉਹਦੇ ਪੱਲੇ ਨੀ ਕੁਛ ਪੈ ਰਹੇ, ਉਹ ਕਹਿੰਦੇ ਸਰਕਾਰੀ ਅਦਾਰਾ ਜੀ, ਸਰਕਾਰੀ ਬੰਦਿਆਂ ਨੇ ਗੱਲ ਕਰਨੀ ਆ, ਇਹ ਅਦਾਰਾ ਅੰਡਰ ਕਿਹਦੇ ਆਉਂਦਾ? ਇਹ ਕਮੇਟੀ ਵਾਲਿਆਂ ਦੇ ਆਉਂਦਾ ਜੀ, ਉਹਨਾਂ ਨੇ ਸੁਣਨਾ ਜੀ, GM ਨੇ ਉਹਨਾਂ ਨੂੰ ਕਹਿ ਕੇ ਕਰਵਾਉਣਾ ਜੀ, ਇਹ GM ਦੇ ਅੰਦਰ ਆਉਂਦਾ ਜੀ, ਰੋਡਵੇਜ਼ ਦੀ ਜਗ੍ਹਾ ਵਾ, ਸਰਕਾਰੀ ਜਗ੍ਹਾ ਵਾ, ਉਹ ਕਹਿੰਦੇ ਜੀ ਪ੍ਰਾਈਵੇਟ ਹੁੰਦੀ ਤਾਂ ਹੁਣ ਤਾਂ ਕਾਦਾ ਹੱਲ ਹੋਇਆ ਹੋਣਾ ਜੀ, ਇਹ ਬੱਸ ਅੱਡੇ ਦਾ? ਹਾਂ ਇਹ ਸਰਕਾਰੀ ਅਦਾਰਾ ਹੈ ਜੀ ਇਹ। ਉੱਧਰ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਲੋਕੇਸ਼ਨ, ਜਿਹਦੇ ਹੱਲ ਲਈ ਇਹ ਲੋਕ ਤੜਪ ਰਹੇ ਆ, ਨਜਾਇਜ਼ ਨਹੀਂ ਕਲਪ ਰਹੇ, ਔਰ ਚਲਾ ਦਿਓ ਜੀ ਹੁਣ ਇੱਕ ਵਾਰੀ ਟੈਂਕਰ ਤਾਂ ਜੋ ਪਤਾ ਲੱਗੇ ਕਿ ਕਿਸ ਤਰੀਕੇ ਪ੍ਰਕਿਰਿਆ ਹੁੰਦੀ ਹੈ। ਉੱਧਰ ਪਿਛਲੇ ਪਾਸੇ ਵੀ ਇੱਧਰ ਦਿਖਾ ਦਿਓ, ਅਤੇ ਉੱਧਰਲੇ ਪਾਸੇ ਵੀ ਇਹ ਪਹਿਲਾਂ ਇੱਥੋਂ ਇੱਕ ਟੈਂਕ, ਮਤਲਬ ਪਾਣੀ ਪਹਿਲਾਂ ਇੱਥੋਂ ਜ਼ਿਆਦਾ ਹੋਣਾ, ਉਹ ਇੱਕ ਟੈਂਕਰ ਕਹਿੰਦੇ ਲਿਜਾ ਚੁੱਕੇ ਆ, ਪਾਣੀ ਪਹਿਲਾਂ ਇੱਥੋਂ ਜ਼ਿਆਦਾ ਮਾਤਰਾ ਵਿੱਚ ਹੋਣਾ ਇੱਥੇ, ਪਰ ਇਹ ਤੱਕ ਕਹਿੰਦੇ ਭਰਿਆ ਸੀਗਾ, ਔਰ ਇਹ ਤਕਲੀਫ਼ 'ਚ ਨੇ। ਪਰ ਮੁਸੀਬਤ ਇਹੀ ਹੈ ਕਿ ਜਦੋਂ ਲੋਕ ਤਕਲੀਫ਼ 'ਚ ਹੁੰਦੇ ਆ ਉਦੋਂ ਸਰਕਾਰਾਂ ਜਾਂ ਲੀਡਰ ਨਹੀਂ ਬੋਲਦੇ, ਜਦੋਂ ਲੀਡਰ ਤਕਲੀਫ਼ 'ਚ ਹੁੰਦੇ ਫਿਰ ਧਰਨੇ ਰੱਖ ਲਏ ਜਾਂਦੇ ਆ ਕਿ ਆ ਜਾਓ ਜੀ ਸਾਡਾ ਸਾਥ ਦਿਓ, ਸਾਡੇ ਨਾਲ ਧੱਕਾ ਹੋ ਰਿਹਾ। ਜਦ ਲੋਕਾਂ ਨਾਲ ਰੋਜ਼ ਧੱਕਾ ਹੁੰਦਾ ਫਿਰ ਕਿਸੇ ਦੇ ਕੰਮ 'ਤੇ ਜੂ ਨਹੀਂ ਸਰਕਦੀ, ਫਿਰ ਕਿਸੇ ਨੂੰ ਤਕਲੀਫ਼ ਨਹੀਂ ਹੁੰਦੀ, ਔਰ ਇਕੱਲੀ ਇਹਨਾਂ ਨਾਲ ਕਸ਼ਮਕਸ਼ ਨਹੀਂ, ਆਲੇ ਦੁਆਲੇ ਦੁਕਾਨਾਂ ਵਾਲੇ ਆ, ਸਭ ਤੋਂ ਵੱਧ ਇਸ ਏਰੀਏ 'ਚ ਭੀੜ ਹੁੰਦੀ ਆ ਕਿਉਂਕਿ ਬੱਸਾਂ ਲੋਕਾਂ ਨੇ ਲੈਣੀਆਂ ਹੁੰਦੀਆਂ, ਲੋਕ ਖੜ੍ਹਦੇ ਆ, ਜਿਨ੍ਹਾਂ ਨੇ ਬੱਸ ਫੜਨੀ ਹੁੰਦੀ ਤਾਂ ਮੱਛਰ ਜਦੋਂ ਉੱਧਰ ਜਾਊਗਾ ਕਿਸੇ ਦੇ ਲੜੂਗਾ ਤਾਂ ਮਲੇਰੀਆ ਹੋਣ ਦਾ ਬਹੁਤ ਖਤਰਾ, ਮੂਹਰੇ ਡੇਂਗੂ ਵੀ ਆ ਜਾਣਾ। ਪਰ ਹੁਣ ਸ਼ਾਇਦ ਕੋਈ ਇਹ ਵੀ ਕਹਿ ਦੇ ਕਿ ਡੇਂਗੂ ਸਾਫ਼ ਪਾਣੀ 'ਚ ਹੁੰਦਾ, ਪਰ ਪੀਣ ਵਾਲਾ ਪਾਣੀ ਵੀ ਇਹਦੇ ਕਰਕੇ ਜਿਹੜਾ ਬੁਰੀ ਤਰੀਕੇ ਪ੍ਰਭਾਵਿਤ ਹੋ ਰਿਹਾ, ਤਕਲੀਫ਼ 'ਚ ਨੇ। ਆਓ ਤੁਸੀਂ ਦਿਖਾ ਦਿਓ ਵੀ ਜਿਹੜੀ ਪ੍ਰਕਿਰਿਆ ਹੋ ਰਹੀ ਹੈ, ਤਾਂ ਇੱਥੇ ਬੇਨਤੀ ਸਿਰਫ ਇੰਨੀ ਕਰਨੀ ਚਾਹੁੰਦੇ ਹਾਂ ਕਿ ਹੱਲ ਹੋਣਾ ਚਾਹੀਦਾ। ਬੱਸ ਅੱਡੇ ਦੇ ਬਿਲਕੁਲ ਨਾਲ ਟੈਕਸੀ ਸਟੈਂਡ ਦੇ ਸਾਹਮਣੇ ਪਾਣੀ ਖੜਾ ਹੈ, ਔਰ ਮਾਫ ਕਰਨਾ ਇਹਨਾਂ ਨੇ ਜਿਵੇਂ ਕਿਹਾ ਕਿ ਕਹਿੰਦੇ ਸਾਨੂੰ ਪਿਕਚਰ ਕੀਤੀ ਗਈ ਆ ਕਿ ਇਹ ਤਲਾਬ ਬਣ ਗਿਆ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਲਓ, ਤਾਂ ਕਿੱਡੀ ਮਾੜੀ ਗੱਲ ਹੈ। ਇਹ ਤਾਂ ਚਲੋ ਮੱਛੀਆਂ ਪਾਲ ਲਓਗੇ
ਫਿਰ ਕੀ ਜਿਹੜੇ ਇਹਨਾਂ ਨੂੰ ਟਿੱਚਰ ਕਰਦੇ ਉਹ ਖਾਣ ਆਉਣਗੇ, ਮੱਛੀ ਖਰੀਦਣ ਆਉਣਗੇ? ਸਰਕਲ ਤਾਂ ਹੀ ਚੱਲੂਗਾ ਨਾ ਜਾਂ ਤਾਂ ਮੱਛੀ ਖਰੀਦਣ ਵੀ ਆਈਓ। ਬਹੁਤ ਮਾੜੀ ਗੱਲ ਹੈ। ਆਪਣੇ ਸਾਥੀਆਂ ਨੂੰ, ਆਪਣੇ ਨਾਲ ਦਿਆਂ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਰੇ ਸਾਥੀ ਆ, ਸਾਰੇ ਨਾਲ ਹੀ ਸਰਕਲ ਘੁੰਮਦਾ। ਤੁਸੀਂ ਇਹਨਾਂ ਨੂੰ ਅੱਜ ਮਾੜਾ ਕਹਿ ਰਹੇ ਹੋ, ਸਮਾਂ ਘੁੰਮ ਕੇ ਤੁਹਾਡੇ 'ਤੇ ਵੀ ਆ ਸਕਦਾ। ਇਸ ਕਰਕੇ ਸਾਥ ਜੇ ਨਹੀਂ ਦੇਣਾ ਤਾਂ ਟਿੱਚਰ ਨਹੀਂ ਕਰਨੀ ਚਾਹੀਦੀ। ਔਰ ਇਕੱਲੇ ਇਹਨਾਂ ਨੂੰ ਤਕਲੀਫ ਨਹੀਂ, ਆਉਂਦੇ ਜਾਂਦੇ ਰਾਹੀਆਂ ਨੂੰ ਵੀ ਤਕਲੀਫ। ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਮਸਲੇ ਨੂੰ ਲੈ ਕੇ ਹੱਲ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ।